ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖਿਲਚਿਆਂ ਦਾ ਇੱਕ ਵਿਅਕਤੀ ਪੰਜਾਬ ਪੁਲਿਸ ਦੀ ਰਡਾਰ ਤੇ ਆ ਗਿਆ ਹੈ 100 ਕਰੋੜ ਰੁਪਏ ਦੀ ਠੱਗੀ ਦਾ ਜਿਹੜਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਜਿਦੇ ਵਿੱਚ ਪੁਲਿਸ ਨੇ ਦੋਸ਼ੀ ਨੂੰ ਦੇ ਖਿਲਾਫ ਜਿਹੜਾ ਭਗੋੜਾ ਕੋਸ਼ਿਸ਼ ਕੀਤਾ ਹੈ ਉੱਥੇ ਹੀ ਇਨਾਮੀ ਰਾਸ਼ੀ ਰੱਖੀ ਗਈ ਹੈ ਗੱਲਬਾਤ ਕਰਦੇ ਆਂ ਫਾਜ਼ਿਲਕਾ ਦੇ ਐਸਪੀ ਡੀ ਮਨਜੀਤ ਸਿੰਘ ਜੀ ਨਾਲ ਕੀ ਮਾਮਲਾ ਕੀ ਹੈ ਪੂਰਾ ਸਰ ਕੀ ਮਾਮਲਾ ਹੈ ਕਿ ਇੱਕ ਵਿਅਕਤੀ ਦੇ ਖਿਲਾਫ ਜਿਹੜਾ 2 ਲੱਖ ਰੁਪਏ ਦੀ ਜਿਹੜੀ ਇਨਾਮੀ ਰਾਸ਼ੀ ਰੱਖੀ ਗਈ ਹੈ ਦੇਖੋ ਅਮਨ ਸ਼ੋਡਾ ਪੁੱਤਰ ਭਗਵਾਨ ਦਾ ਪਿੰਡ ਖਿਲਚੀਆਂ थाना ਬੈਰੋਕਾ ਹੈਗਾ ਜਲਾਲਾਬਾਦ ਦੇ ਵਿੱਚ ਪਿੰਦਾ ਇਹਦੇ ਖਿਲਾਫ ਪੰਜਾਬ ਦੇ ਵਿੱਚ ਕੁੱਲ 34 ਮੁਕਦਮੇ ਦਰਜ ਨੇ ਸਾਡੇ ਫਾਇਲ ਕਾ ਦੇ ਵਿੱਚ 19 ਮੁਕਦਮੇ ਉਹਦੇ ਖਿਲਾਫ ਦਰਜ ਨੇ ਕਾਫੀ ਦੇ ਤੋ ਇਹ ਜਿਹੜਾ ਹੈਗਾ ਪਗੋੜਾ ਚੱਲ ਰਿਹਾ ਹੈ ਅਸੀਂ ਇਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਸਾਡੀ ਜਿਹੜੀ ਜਾਰੀ ਹੈ ਉਹਨੂੰ ਵੀ ਜਾਰੀ ਹੈ ਅਸੀਂ ਇਸ ਸੰਬੰਧੀ ਜਿਹੜਾ ਹੈਗਾ ਇੱਕ ਇਨਾਮ ਰੱਖਿਆ ਦਿੱਤੇ ਵੀ ਜਿਹੜਾ ਵੀ ਵਿਅਕਤੀ ਇਸ ਨੂੰ ਗਫਤਾਰ ਕਰਨ ਦੇ ਵਿੱਚ ਸਾਡੀ ਮਦਦ ਕਰੇਗਾ ਅਸੀਂ ਉਹਨੂੰ 2 ਲੱਖ ਰੁਪਏ ਦਾ ਇਨਾਮ ਕਿੰਨੇ ਮਾਮਲਿਆਂ ਦੇ ਅੰਦਰ ਪਗੋੜਾ ਟੋਟਲ ਤੇ ਜੇ ਗੱਲ ਕਰ ਲਈਏ ਤਾਂ ਲੇਟੈਸਟ ਮਾਮਲਾ ਕਿਹੜਾ ਹੈ ਕਿ ਜਿੰਦੇ ਵਿੱਚ ਪਗੋੜਾ ਕਰਾਰ ਕੀਤਾ ਗਿਆ ਨਹੀਂ ਪਗੋੜੇ ਦਾ ਪੁਰਾਣਾ ਹੀ ਹੈ ਲੇਟੈਸਟ ਕੋਈ ਨਹੀਂ ਹੈ ਸਾਡੇ ਪੁਰਾਣੇ ਮੁਕਦਮਿਆਂ ਦੇ ਵਿੱਚ ਹੀ ਪੋੜਾ ਚਲਦਾ ਆ ਰਿਹਾ ਹੈ ਹੁਣ ਅਸੀਂ ਚਾਹੁੰਦੇ ਆ ਕਿ ਮਾਨਯੋਗ ਐਸਐਸਪੀ ਸਾਹਿਬ ਨਾਲ ਸਾਡੀ ਡਿਸਕਸ਼ਨ ਹੋਈ ਹੈ ਇਸ ਦੇ ਵਿੱਚ ਇਨਾਮ ਰੱਖ ਕੇ ਡੀਜੀਪੀ ਸਾਹਿਬ ਨਾਲ ਡਿਸਕਸ ਕਰਕੇ ਫਿਰ ਅਸੀਂ ਇਹ ਇਨਾਮ ਰੱਖਿਆ ਤਾਂ ਜੋ ਜਿਹੜੇ ਲੋਕਾਂ ਨੂੰ ਇਨਸaaf ਮਿਲ ਸਕੇ ਜਿਹੜੇ 34 ਮੁਕਦਮੇ ਦੇ ਵਿੱਚ ਲੋਕਾਂ ਨਾਲ ਇਹਨਾਂ ਨੇ ਠੱਗਿਆ ਮਾਰੀਆਂ ਨੇ ਉਹ ਸੰਬੰਧੀ ਜਿਹੜਾ ਹੈਗਾ ਇਹਨਾਂ ਦੇ ਲੋਕਾਂ ਨੂੰ ਇਨਸaaf ਮਿਲੇ ਤੇ ਇਹਨੂੰ ਗ੍ਰਿਫਤਾਰ ਕਰਕੇ ਜਿਹੜਾਗਾ ਉਹ ਆ ਗਿਆ ਸੀਗਾ ਕਿਸ ਨਾਂ ਤੇ ਜਿਹੜੇ ਪੈਸੇ ਲਿੱਤੇਗੇ ਦੇਖੋ ਕਈ ਕਈ ਵੱਖਰੇ ਵੱਖਰੇ ਕੇਸਸ ਨੇ ਕਈਆਂ ਨਾਲ ਨਾਲ ਕੇ ਨੂੰ ਪ੍ਰਤੀਕਰਾਂ ਦੇ ਵਿੱਚ ਵੀ ਹੈਗਾ ਕੇਸ ਦੇ ਨਾਲ ਜ਼ਮੀਨ ਦਾ ਵੀ ਝਗੜਾ ਆਏਗਾ ਇਸ ਤਰੀਕੇ ਨਾਲ ਅੱਡ ਅੱਡ ਮੁਕਦਮੇ ਨੇ ਉਹਨੂੰ ਪਕੜਨ ਦੇ ਲਈ ਹੋਰ ਕੀ ਪ੍ਰਯਾਸ ਕੀਤੇ ਜਾ ਰਹੇ ਨੇ ਕਿ ਜਿੱਥੇ ਕੋਈ ਟੀਮ ਕਹਿੰਦੇ ਨੇ ਕੋਈ ਸੈਟ ਵੀ ਬਣਾਈ ਗਈ ਹੈ ਇਸ ਨੂੰ ਲੈ ਕੇ ਬਿਲਕੁਲ ਜਿਹਦੇ ਵਿੱਚ ਜਿਹੜੀ ਮੇਰੀ ਇਕਵਾਹੀ ਹੈ ਜਿਹੜੀ ਹੈਗੀ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਮੇਰੇ ਨਾਲ ਡੀਐਸਪੀ ਡੀ ਇਨਸਪੈਕਟਰ ਸੀਏਆ ਇਨਸਪੈਕਟ ਆਪਣਾ ਇੰਚਾਰਜ ਪੀਓ ਇਹ ਮੇਰੇ ਟੀਮ ਬਣਾਈ ਹੋਈ ਹੈ ਇਸ ਤੋਂ ਇਲਾਵਾ ਜਿੰਨੇ ਵੀ ਮੁਕਦਮੇ ਐਸਐਚਓ ਨੇ ਸਾਰਿਆਂ ਨੂੰ ਇਨਸਟਰਕਸ਼ਨ ਜਾਰੀ ਕੀਤੀ ਗਈ ਵੀ ਇਸ ਨੂੰ ਗ੍ਰਿਫਤਾਰ ਜਲਦੀ ਤੋਂ ਜਲਦੀ ਕਰੋ ਸੋਰਸਸ ਲਾ ਕੇ ਇਨੂੰ ਅਸੀਂ ਜਲਦੀ ਜਲਦੀ ਗ੍ਰਿਫਤਾਰ ਕਰਾਂਗੇ ਮੇਰੀ ਤੁਹਾਡੇ ਰਾਇਮੀਡੀਆ ਰਹੀ ਵੀ ਹੈਗੀ ਹੈ ਅਸੀਂ ਇਸ ਦੀ ਜਿਹੜੀ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਹੈ ਇਹਨੂੰ ਇਹਨੂੰ ਫੜਨ ਦੇ ਖਾਤਰ ਜਿਹੜਾ ਹੈਗਾ ਪ੍ਰੈਸ ਦੇ ਵਿੱਚ ਵੀ ਦਿੱਤਾ ਹੈ ਮੀਡੀਆ 'ਚ ਵੀ ਦੇ ਰਹੇ ਆ ਈਵਨ ਅਸੀਂ ਡੀਜੀਪੀ ਸਾਹਿਬ ਨੂੰ ਚਿੱਠੀ ਵੀ ਲਿਖੀ ਹੈ ਵੀ ਜਿਹੜੇ ਆਡ ਜੁਆਇਨਿੰਗ ਸਾਡੇ ਜਿਹੜੇ ਸਟੇਟਸ ਹੈਗੇ ਨੇ ਜਿਵੇਂ ਰਾਜਸਥਾਨ ਹਰਿਆਣਾ ਜੇਨ ਕੇ ਹਿਮਾਚਲ ਯੂਟੀ ਚੰਡੀਗੜ੍ਹ ਦਿੱਲੀ ਇਹ ਇਹਨਾਂ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਨੂੰ ਚਿੱਠੀਆਂ ਲਿਖ ਕੇ ਇਸਤਿਹਾਰ ਜਿਹੜੇ ਹੈਗੇ ਭੇਜ ਕੇ ਇਨ ਇਨ ਨੂੰ ਇੰਪੀਡਿਟਿਵ ਹੈ ਉਤਾਣੋ ਉ ਉੱਥੋਂ ਦੀ ਪੁਲਿਸ ਨੂੰ ਵੀ ਇਹ ਪਤਾ ਲੱਗ ਸਕੇ ਵੀ ਇਹ ਮੁਝੇ ਰਹਿਗਾ ਅਮਨਦੀਪ ਜਰਾਗਾ ਵਾਂਟਡ ਹੈਗਾ ਜਨਤਕ ਥਾਵਾਂ ਦੇ ਉੱਤੇ ਵੀ ਕੋਈ ਵਿਵਸਥਾ ਹੈ ਬਿਲਕੁਲ ਜਿੱਥੇ ਰੇਲਵੇ ਸਟੇਸ਼ਨ ਬੱਸ ਸਟੈਂਡ ਹਰ ਇੱਕ ਬਸਾਂ ਦੇ ਪਿਛਲੇ ਪਾਸੇ ਐਂਡ ਜਿੱਥੇ ਪਬਲਿਕ ਹੈਗੀ ਹੈ ਕੱਲਾ ਫਾਜ਼ਿਲਕਾ ਹੀ ਨਹੀਂ ਹੈ ਸਾਰੇ ਪੰਜਾਬ ਦੇ ਵਿੱਚ ਇਹਦੇ ਇਸਤੇਹਾਲਾ ਜਾਰੇ ਨੇ ਪੰਜਾਬ ਦੇ علاوہ ਔਰ ਜੈਨੇ ਜਿੰਨੀ ਸਟਰੀਟਾਂ ਹੈ ਇਹ ਉੱਥੇ ਲਾਈ ਜਾਂਦੇ ਆ ਕਿਹਾ ਜਾ ਰਿਹਾ ਕਿ 100 ਕਰੋੜ ਦੇ ਕਰੀਬ ਜਿਹੜੀ ਇਹ ਠੱਗੀ ਦਾ ਪੂਰਾ ਮਾਮਲਾ ਹੈ ਕਿ ਅਹ ਦੇਖੋ ਪੈਸੇ ਦੇ ਦਿੱਤੇ ਕਾਊਂਟਿੰਗ ਮੈਰੇ ਲੋ ਨਹੀਂ ਹੈ ਜਿਉਂਕਿ ਅੰਦਰ ਡਿਸਟ੍ਰਿਕਟ ਦੇ ਵਿੱਚ ਵੀ ਮੁਕੱਲਮੇ ਦਰਜੇ ਨੇ ਪੰਜਾਬ ਦੇ ਵਿੱਚ ਤੇ ਪੜੇ ਕਾਫੀ ਪੈਸੇ ਦਾ ਇਹਦਾ ਜਿਹੜਾ ਹੈਗਾ ਅਸੀਂ ਅਸੀਂ ਇਨਾਮ ਵੀ ਇਸੇ ਕਰਕੇ ਰੱਖਿਆ ਵੀ ਤਾਜੂ ਨੂੰ ਗ੍ਰਿਫਤਾਰ ਕਰੀਏ ਤੇ ਲੋਕਾਂ ਨੂੰ ਇਨਸਾਫ ਮਿਲ ਸਕੇ ਜੀ ਜੇਕਰ ਵਿਦੇਸ਼ ਦੀ ਗੱਲ ਕਰ ਲਈ ਵਿਦੇਸ਼ ਭੱਜਣ ਦੇ ਨਹੀਂ ਅਸੀਂ ਇਹ ਸੰਬੰਧੀ ਆਲਰੇਡੀ ਐਲਓਸੀ ਜਿਹੜੀ ਹੈਗੀ ਹੈ ਸਾਡੀ ਡਿਸਟ੍ਰਿਕਟ ਵੱਲੋਂ ਜਾਰੀ ਹੋਈ ਹੈ ਜਿਹੜੀ ਦੀ ਪ੍ਰਾਪਰਟੀ ਹੈਗੀ ਉਸ ਪ੍ਰਾਪਰਟੀ ਨੂੰ ਵੀ ਜਿਹੜਾ ਹੈਗਾ ਹਿੱਸਾ ਕੀਤਾ ਗਿਆ ਹੈ ਮੀਤਾ ਜਿਹੜੀ 82 83 ਦੀ ਜਿਹੜੀ ਐਸੀ ਕਾਰਵਾਈ ਉਹ ਵੀ ਕੀਤੀ ਗਈ ਕਿੰਨੀ ਪ੍ਰੋਪਰਟੀ ਜਿਹੜੀ ਹੁਣ ਤੱਕ ਸੀਜ਼ ਕੀਤੀ ਗਈ 34 ਕਨਾਲ ਸਮਥਿੰਗ ਹੈਗੀ ਹੈ ਜਿਹੜੀ ਇਹਦੀ ਪਿੰਡ ਦੇ ਵਿੱਚ ਇਹਦੇ ਨਾਮ ਤੇ ਬੋਲਦੀ ਹੈ ਅਸੀਂ ਉਹ ਸੀਜ਼ ਕੀਤੀ ਹੋਈ ਆ ਸਰ ਕੋਈ ਪੁਲਿਸ ਅਧਿਕਾਰੀ ਵੀ ਇਹਦੇ ਸ਼ਿਕਾਰ ਹੋਏ ਨੇ ਨਹੀਂ ਇਸ ਬਾਰੇ ਮੈਨੂੰ ਕੁਝ ਦੱਸ ਸਕੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੇ ਇਹ ਗੱਲ ਕਰ ਲਈ ਤਾਂ ਕੀ ਨਿਕਲ ਕੇ ਸਾਹਮਣੇ ਆਇਆ ਤੇ ਕੀ ਕੀ ਨਿਚੋੜ ਕੱਢਿਆ ਨਹੀਂ ਇਨਵੈਸਟੀਗੇਸ਼ਨ ਤੇ ਇਹ ਵੀ ਲੋਕਾਂ ਨੂੰ ਠੱਗੀਆਂ ਵਜੀਆ ਨੇ ਇਹ ਠੱਗੀਆਂ ਲੱਗ ਵਜੀਆ ਨੇ ਤੇ ਪੁਲਿਸ ਨੇ ਮੁਕਦਮਾ ਦਰਜ ਕੀਤਾ ਹੈ ਇਹ ਕਈ ਮੁਕਦਮੇ ਜਿਹੜੇ ਚਲਾਨ ਵੀ ਪੇਸ਼ ਨੇ ਜਿਹਦੇ ਵਿੱਚ ਪੀਓ ਹੈਗਾ ਹੈ ਅਦਾਲਤ ਵੱਲੋਂ ਪਕੜਿਆ ਅਦਾਲਤ ਵੱਲੋਂ ਹੀ ਪੀਓ ਜਿਹੜਾ ਹੈ ਅਦਾਲਤ ਵੱਲੋਂ ਹੀ ਪਕੜਿਆ ਹੁੰਦਾ ਹੈ ਬਿਲਕੁਲ ਜੀ ਜਿਹੜੇ ਪੰਜਾਬ ਪੁਲਿਸ ਵੱਲੋਂ ਇੱਕ ਸ਼ਖਸ ਦੇ ਖਿਲਾਫ ਜਿਹੜਾ ਹੈ ਲਿਸਟ ਜਾਰੀ ਕਰ ਦਿਆ ਹੋਇਆ ਇਸ਼ਤਿਹਾਰ ਜਾਰੀ ਕੀਤਾ ਗਿਆ ਜਿਸ ਵਿੱਚ ਕਰੋੜਾਂ ਰੁਪਏ ਦੀ ਠੱਗੀ ਦਾ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿਸ ਦੀ ਗ੍ਰਿਫਤਾਰੀ ਦੇ ਲਈ ਹੁਣ ਪੁਲਿਸ ਨੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੈ ਕੋਈ ਵੀ ਵਿਅਕਤੀ ਉਸ ਬੱਦੇ ਦੀ ਸੂਚਨਾ ਦੇਗਾ ਤਾਂ ਉਸ ਨੂੰ 2 ਲੱਖ ਰੁਪਏ ਪੰਜਾਬ ਪੁਲਿਸ ਵੱਲੋਂ ਦਿੱਤਾ ਜਾਏਗਾ ਫਿਲਹਾਲ ਅਮਨ ਸਕੋਡਾ ਦੀ ਗ੍ਰਿਫਤਾਰੀ ਦੇ ਲਈ ਵੱਖ-ਵੱਖ ਟੀਮਾਂ ਬਣਾ ਕੇ ਜੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਜੜੀ ਇਹ ਪੁਲਿਸ ਇਹ ਦਾਵਾ ਕਰ ਰਹੀ ਹੈ ਕਿ ਅਮਨ ਸਕੋਡਾ ਨੂੰ ਜੜਾ ਗ੍ਰਿਫਤਾਰ ਕਰ ਲਿਆ ਜਾਏਗਾ ਪ੍ਰਦੀਪ ਕੁਮਾਰ న్యూਸ 18 ਝਿਲਕਾ